जिला कपूरथला के शहर फगवाड़ा विच एक होटल विच चल रहे शादी के समागम विच पेस बदल के पहुंचे शहर के SP ने माहौल देख के पुलिस पार्टी नूं उत्थे तुरंत बुला लिया। पुलिस के होटल पहुंचने के बाद परिवार के मैंबर SP साहब नूं मनाउण लग गए, लेकिन SP साहब ने सरकार के निर्देशों की पालना करते हुए समागम बंद करवा दिता। पुलिस का कहना है कि ज़्यादा लोग इकट्ठे होने पर इन्हां ते कार्रवाई की जाएगी। इस मौके पर SHO थाना सिटी नवदीप सिंह का कहना है कि उन्होंने DVR भी अपने कब्जे में लिया है। उन्होंने होटल के मैनेजर सुरेश और होटल मालक पंकज से मामला दर्ज किया है। की मामला जो देर रात एक होटलों से हलवाई की दुकान पर रेड की थी, की मामला सी? देखो 19 अप्रैल को मानयोग DC साहब के जिहड़े हुक्म है जारी हुए है, जिहड़ा नाइट करफ्यू की टाइमिंग है वो 8 बजे तो लैके सवेरे 5 बजे तक जिहड़ी की गई है। ये सिर्फ इस करके की गई है क्योंकि कोरोना के जिहड़े केसिस जिहड़े वधदे जा रहे सी, गवर्नमेंट दी डायरेक्शन सी, उन्हां दी पालना लई परसों असीं फ्लैग मार्च भी किया सी, कल असीं रात नूं जिहड़ी सी इहदी चैकिंग वास्ते निकले सी। उस दौरान ही सब तो पहले सानू जिहड़ा आ इक सीक्रेट इनफोरमेशन मिली भी पूनम होटल है इत्थे GT रोड दे उत्ते फगवाड़े, इत्थे इन्हां ने काफ़ी एक वड्डा फंक्शन रख्या होया जिहदे संबंध च असीं मौके दे उत्ते गए। उत्थे जदों गए उत्थे तां उत्थे काफ़ी गैदरिंग जिहड़ी होई हुई सी जिहदी असीं CCTV फुटेज भी चैक की, पर उस होटल के स्टाफ कोई अवेलेबल ना होण करके सानू उहदे असल मालक का नाम नहीं पता लग्या। अज असीं इहदे दे असल जिहड़ा मालक आ पंकज ते प्लस जिहड़ा सीगा कंसर्नड मैनेजर सुरेश ਉਹਦੇ ਖਿਲਾਫ ਜਿਹੜੀ ਹੈ FIR ਜਿਹੜੀ ਰਜਿਸਟਰ ਕਰ ਦਿੱਤੀ ਹੈ। ਕਿਹੜੀ ਕਿਹੜੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ? ਕਿਉਂਕਿ ਇਹ ਜਿਹੜਾ ਸੀਗਾ ਇਹ ਜਿਹੜੇ DC ਸਾਹਿਬ ਦਾ ਹੁਕਮ ਆ ਵੀ ਜਿਹੜਾ ਇਹ ਕਰੋਨਾ ਦੇ ਕਰਕੇ ਜਿਹੜੀ ਗੈਦਰਿੰਗ ਆ ਜਿਹੜੀ ਉਹ ਜਿਹੜੀ ਨਹੀਂ ਹੋ ਸਕਦੀ, ਔਰ ਸੈਕਿੰਡਲੀ ਇਹ ਜਿਹੜੇ ਹੋਟਲ ਦਾ ਸਿਰਫ ਇਹ ਟੇਕ ਅਵੇ ਹੈ, ਨਾ ਕਿ ਜਿਹੜਾ ਆ ਉੱਥੇ ਬਿਠਾ ਕੇ ਜਿਹੜਾ ਖਾਣਾ ਖਵਾ ਸਕਦੇ ਸੀ। ਸੋ ਇਸ ਕਰਕੇ ਨਹੀਂ ਖਾਣਾ ਖਵਾ ਰਹੇ ਸੀ ਮੌਕੇ ਦੇ ਮੌਕੇ ਦੇ ਉੱਤੇ ਖਾਣਾ ਖਵਾ ਰਹੇ ਸੀ। ਅਤੇ ਕਿੰਨੀ ਕੁ ਗੈਲਰਿੰਗ ਸੀ ਮੌਕੇ ਦੇ? ਇਹ ਤਕਰੀਬਨ 70-80 ਦੇ ਕਰੀਬ ਹੈਗੇ ਸੀ ਬੰਦੇ। ਅਸੀਂ ਉਸ CCTV ਫੁਟੇਜ ਸਾਡੇ ਕੋਲ ਹੈਗੀ ਉਹਨਾਂ ਦੀ, ਉਹਨਾਂ 'ਚੋਂ ਚੈੱਕ ਕਰਕੇ ਜਿਹੜੇ ਇਹ ਬੰਦੇ ਨੇ ਅਸੀਂ ਇਹ ਬੰਦੇ ਵੀ ਆਈਡੈਂਟੀਫਾਈ ਕਰਾਂਗੇ, ਕਿਉਂਕਿ ਜਿਹੜਾ ਉਹ ਆਰਡਰ ਹੈ ਉਹ ਆਰਡਰ ਦੇ ਅਕੋਰਡਿੰਗਲੀ ਇਹ ਵੀ ਨਾਲ ਹੀ ਹੈ ਵੀ ਜੇ ਕੋਈ ਬੰਦਾ ਇਹੋ ਜਿਹੀ ਗੈਦਰਿੰਗ ਅਟੈਂਡ ਕਰਦਾ ਤਾਂ ਉਹਨੂੰ ਕੁਆਰੰਟਾਈਨ ਪੀਰੀਅਡ ਦੇ ਵਿੱਚ ਜਾਣਾ ਪਊਗਾ। ਅਸੀਂ ਉਹ ਬੰਦੇ ਅਟੈਂਡ ਕਰਕੇ ਉਹਨੂੰ ਕੁਆਰੰਟਾਈਨ ਪੀਰੀਅਡ 'ਚ ਰਖਾਵਾਂਗੇ। ਕੀ ਜਿਹਨਾਂ ਨੇ ਪਾਰਟੀ ਰੱਖੀ ਹੋਈ ਸੀ ਉਹਨਾਂ ਉੱਤੇ ਵੀ ਕੀਤਾ ਗਿਆ? ਹਾਂ, ਉਹੀ ਮੈਂ ਕਹਿ ਰਿਹਾ, ਜਿਨ੍ਹਾਂ ਨੇ ਪਾਰਟੀ ਜਿਹੜੀ ਰੱਖੀ ਹੋਈ ਸੀਗੀ ਉਹ ਬੰਦਿਆਂ ਨੂੰ ਹੁਣ 14 ਦਿਨਾਂ ਦੇ ਜਿਹੜੇ ਕੁਆਰੰਟਾਈਨ ਪੀਰੀਅਡ ਆ ਉਹ ਵਿੱਚ ਜਿਹੜਾ ਆ ਉਹ ਜਾਣਾ ਪਊਗਾ। ਅਸੀਂ ਉਹਨੂੰ ਆਈਡੈਂਟੀਫਾਈ ਕਰ ਰਹੇ ਹਾਂ, ਜਿਹੜੇ ਜਿਹੜੇ ਹੋਏ ਅਸੀਂ ਉਹਨਾਂ ਦੇ ਖਿਲਾਫ ਜਿਹੜੇ ਆ ਐਕਸ਼ਨ ਜਿਹੜਾ। ਕਿੰਨੇ ਕੁ ਬੰਦੇ ਉਹਨਾਂ 'ਚੋਂ ਆਈਡੈਂਟੀਫਾਈ ਹੋ ਗਏ? ਹਾਲੇ ਤਾਂ ਅਸੀਂ CCTV ਫੁਟੇਜ ਕਿਉਂਕਿ ਇਨੀਸ਼ੀਅਲ ਸਟੇਜ ਆ ਅਸੀਂ ਉਹ ਚੈੱਕ ਕਰਦੇ ਪਏ ਹਾਂ, ਉਹਦੇ 'ਚ ਆਈਡੈਂਟੀਫਾਈ ਕਰਾਂਗੇ, ਇਹਨਾਂ ਰਿਕਾਰਡ ਰਿਕੂਰਡ ਸਾਰਾ ਲਵਾਂਗੇ ਹੋਟਲ ਦਾ। ਜੇ ਅਸੀਂ ਗੱਲ ਕਰੀਏ ਔਨ ਰਿਕਾਰਡ ਦੀ ਤਾਂ ਕੀ ਜਿਹੜਾ ਹੋਟਲ ਔਰ ਪੈਲਸ ਦਾ ਹਲਵਾਈ ਸੀ ਇਹਨਾਂ ਨੂੰ ਕੋਈ ਮੈਸੇਜ ਕਨਵੇ ਕੀਤਾ ਗਿਆ ਸੀ? ਦੇਖੋ ਮਾਰਨਿੰਗ ਦੇ ਵਿੱਚ ਸਾਡੇ ਜਿਹੜੇ ਇਸ ਕੇਸ ਦੇ ਤਫਤੀਸ਼ੀ ਅਫਸਰ ਹੈ ਇਹ ਖੁਦ ਆਪ ਗਏ ਸੀ ਹੋਟਲ ਦੇ ਵਿੱਚ, ਸਾਰੇ ਹੋਟਲਾਂ 'ਚ ਗਏ ਸੀ ਜਿਹੜੇ ਫਗਵਾੜੇ ਦੇ ਜਿੰਨੇ ਮੈਰਿਜ ਪੈਲੇਸ ਆ, ਸਾਰਿਆਂ ਨੂੰ ਦੱਸਿਆ ਸੀ ਵੀ ਤੁਸੀਂ ਜਿਹੜੀ ਗੈਦਰਿੰਗ ਆ ਇੰਨੀ ਗੈਦਰਿੰਗ ਨਹੀਂ ਕਰਨੀ, ਔਰ ਜਿਹੜੇ ਰੈਸਟੋਰੈਂਟ ਆ ਇਹ ਜਿਹੜੇ ਸੀਗੇ ਇਹ ਤੁਸੀਂ ਡਾਈਨਿੰਗ ਨਹੀਂ ਹੈਗਾ, ਇਹ ਸਿਰਫ ਟੇਕ ਅਵੇ ਆ, ਯਾਨੀ ਕਿ ਤੁਸੀਂ ਉੱਥੋਂ ਸਿਰਫ ਪੈਕ ਕਰਵਾ ਕੇ ਦੇ ਸਕਦੇ ਹੋ ਫਲਾਣਾ ਨੇ। ਕੀ ਤੁਹਾਨੂੰ ਨਹੀਂ ਲੱਗਾ ਕਿ ਕਰੋਨਾ ਮਹਾਮਾਰੀ ਨੂੰ ਫੈਲਾਉਣ ਦੇ ਵਿੱਚ ਇਹ ਹੋਟਲ ਮਾਲਕ ਦਾ ਵੱਡਾ ਹੱਥ ਆ? ਬਿਲਕੁਲ, ਇਸੇ ਕਰਕੇ ਹੀ ਅਸੀਂ ਇਹਨਾਂ ਦੀ ਅਗੇਂਸਟ ਜਿਹੜੀ FIR ਰਜਿਸਟਰ ਕੀਤੀ ਹੈ। ਕਿਹੜੀ ਕਿਹੜੀ ਧਾਰਾ ਲਾਈ ਗਈ ਇਹਨਾਂ 'ਤੇ? ਇਹ 188 IPC ਅਤੇ 51 ਡਿਜ਼ਾਸਟਰ ਮੈਨੇਜਮੈਂਟ ਐਕਟ। ਹੋਟਲ ਤੋਂ ਇਲਾਵਾ ਹੋਰ ਕਿਹੜੇ ਕਿਹੜੇ? ਹਾਂ, ਉਸ ਤੋਂ ਇਲਾਵਾ ਅਸੀਂ ਰਾਤ ਨੂੰ ਇੱਥੇ ਝਟਕਈਆਂ ਚੌਂਕ ਦੇ ਵਿੱਚ ਇੱਕ ਠੇਕਾ ਜਿਹੜਾ ਖੁੱਲ੍ਹਿਆ ਹੋਇਆ ਸੀਗਾ, ਉਹ ਠੇਕੇ ਸੁਰਿੰਦਰ ਕੁਮਾਰ ਨਾਂ ਦਾ ਬੰਦਾ ਸੀ ਜਿਹੜਾ ਠੇਕੇ 'ਤੇ ਬੈਠਾ ਸੀ, ਇਹਨੇ ਠੇਕਾ ਖੋਲ੍ਹਿਆ ਸੀ ਲੋਕਡਾਊਨ ਤੋਂ ਕਰਫਿਊ ਤੋਂ ਬਾਅਦ, ਸੋ ਅਸੀਂ ਉਹਨੂੰ ਰਾਊਂਡ ਅਪ ਕੀਤਾ, ਰਾਊਂਡ ਅਪ ਕਰਕੇ ਉਹਦੇ ਖਿਲਾਫ FIR ਰਜਿਸਟਰ ਕੀਤੀ ਹੈ। ਅਤੇ ਇਸ ਤੋਂ ਇਲਾਵਾ ਕੋਈ ਹਲਵਾਈ ਵਗੈਰਾ ਵੀ ਲਿਆਏ? ਹਲਵਾਈ ਇਹ ਅਸੀਂ ਜਿਹੜੇ ਸੀਗੇ ਉਹ ਮੌਕੇ ਦੇ ਉੱਤੇ ਦੁਕਾਨ ਜਿਹੜੀ ਸੀਗੀ ਉਹਨਾਂ ਨੇ ਬੰਦ ਕੀਤੀ ਸੀਗੀ, ਤਾਂ ਉਹਦੇ ਕਾਰਨ ਉਹ ਰਾਊਂਡ ਅਪ ਕਰਕੇ ਅਤੇ ਉਹਨਾਂ ਨੂੰ ਉਸੇ ਵੇਲੇ ਜਿਹੜਾ ਸੀ ਮੌਕੇ ਦੇ ਉੱਤੇ ਉਹਨੂੰ ਛੱਡ ਦਿੱਤਾ, ਵਾਰਨ ਕਰ ਦਿੱਤਾ ਵੀ ਤੁਸੀਂ, ਕਿਉਂਕਿ ਜਿਹੜਾ ਲੋਕਡਾਊਨ ਹੈ ਲੋਕਡਾਊਨ ਦੇ ਵਿੱਚ ਇੰਟੈਂਸ਼ਨਲੀ ਨੋਨ ਅਸੈਂਸ਼ੀਅਲ ਐਕਟੀਵਿਟੀ ਇਸ ਚੀਜ਼ ਦੇ ਉੱਤੇ ਗੌਰ ਕੀਤਾ ਗਿਆ। ਆਮ ਦੇਖਿਆ ਗਿਆ ਕਿ ਜਦੋਂ ਇੱਕ ਕਿਸੇ ਰੇਡੀ ਹੈ ਅਤੇ ਫੜੀ ਵਾਲੇ ਨੂੰ ਫੜਿਆ ਜਾਂਦਾ ਤਾਂ 188 ਦਾ ਪਰਚਾ ਤਤਕਾਲ ਦਰਜ ਕਰ ਲਿਆ ਜਾਂਦਾ, ਪਰ ਇੱਕ ਹੋਟਲ ਵਾਲੇ ਤਾਂ ਇੱਕ ਸਰੇਆਮ ਦੇਖ ਰਹੇ ਆ ਕਿ ਕਾਨੂੰਨਾਂ ਦੀਆਂ ਧੱਜੀਆਂ DC ਸਾਹਿਬ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਗਈਆਂ, ਪਰ ਹੁਣ ਤੱਕ ਉਹਦਾ FIR ਲਾਂਚ ਨਹੀਂ ਹੋਈ, ਉਹਨਾਂ ਦੀ ਅਰੈਸਟ ਨਹੀਂ ਹੋਈ ਹੈ, ਅਤੇ ਕੀ ਜਿਹੜਾ ਮੌਕੇ 'ਤੇ ਫੜੇ 'ਤੇ ਉਹਨਾਂ 'ਤੇ ਮਾਮਲਾ ਦਰਜ ਕੀਤਾ ਗਿਆ? ਇਸੇ ਕਰਕੇ ਹੀ ਜੇ ਰਾਤ ਅਸੀਂ ਕਾਨੂੰਨ ਬੰਦਿਆਂ ਦੇ ਖਿਲਾਫ਼ ਦੇ ਦਿੰਦੇ ਤਾਂ ਉਹ ਇਸ ਚੀਜ਼ ਦਾ ਬੈਨੀਫਿਟ ਲੈ ਸਕਦੇ ਸੀ, ਅਸੀਂ ਬਾਈ ਨੇਮ FIR ਰਜਿਸਟਰ ਕੀਤੀ ਹੈ। ਅਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਸ਼ਹਿਰ ਵਾਸੀਆਂ ਨੂੰ? ਮੈਸੇਜ ਇਹੀ ਹੈ ਜਿੱਦਾਂ ਹੁਣ ਸੰਡੇ ਆ, ਸੰਡੇ ਵਾਲੇ ਦਿਨ ਸਾਰੀ ਸ਼ੋਪਿੰਗ ਮਾਲ, ਸਪਾ ਸੈਂਟਰ, ਕੋਚਿੰਗ ਜਿਹੜੀਆਂ ਹਰ ਤਰੀਕੇ ਦੀ ਐਕਟੀਵਿਟੀ ਜਿਹੜੀ ਉਹ ਬੰਦ ਆ, ਸਿਰਫ ਨੋਨ ਅਸੈਂਸ਼ੀਅਲ ਐਕਟੀਵ ਜਿਹੜੀਆਂ ਹੈਗੀਆਂ ਉਹ ਸਰਵਿਸਿਜ਼ ਉਹੀ ਰਹਿਣਗੀਆਂ। ਇਹਦਾ ਮਤਲਬ ਇਹ ਹੈ ਵੀ ਜਾਂ ਤਾਂ ਕੋਈ ਜਿਹਨੂੰ ਮੈਡੀਸਨ ਜਿਹੜੀ ਚਾਹੀਦੀ ਉਹ ਹੋਸਪਿਟਲ ਵਾਲਾ ਜੇ ਕਿਸੇ ਨੇ ਜਾਣਾ ਤਾਂ ਉਹ,
ਪਲੱਸ ਜਿਹੜਾ ਕੋਈ ਆਪਣੇ ਕਨਫੈਕਸ਼ਨਰੀ ਦਾ ਸਮਾਨ ਆ, ਦੁੱਧ ਵਗੈਰਾ ਜਾਂ ਬੇਕਰੀ ਦੇ ਕੋਲ ਲੈਣ ਜਾ ਰਿਹਾ ਉਹ, ਸਿਰਫ ਇਹਨਾਂ ਨੂੰ ਹੀ ਲਾਉਂਦਾ, ਬਾਕੀ ਕਿਸੇ ਪ੍ਰੋਫੈਸ਼ਨ ਨੂੰ ਲਾਉਂਦੇ ਆ। ਇੱਕ ਚੀਜ਼ ਕਲੀਅਰ ਕਰਿਓ ਤੁਸੀਂ, ਜਿਹੜਾ ਰਾਤ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਜਿਹੜਾ ਲੋਕਡਾਊਨ ਲੱਗਾ ਹੋਇਆ ਜਾਂ ਕਰਫਿਊ ਜਾਰੀ ਕੀਤਾ ਗਿਆ ਹੈ? ਦੇਖੋ ਇਹ ਕਰਫਿਊ ਹੈ, ਤੁਸੀਂ ਆਰਡਰ ਜਿਹੜਾ ਪਰਟੀਕੁਲਰਲੀ ਮੈਂ ਤੁਹਾਨੂੰ ਇਹਦੀ ਕਾਪੀ ਪ੍ਰੋਵਾਈਡ ਵੀ ਕਰਵਾ ਦਿੰਦਾ। ਇਹ ਕਰਫਿਊ ਹੈ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਹੈ, ਔਰ ਇਹਦੇ ਵਿੱਚ ਜਿਹੜੀਆਂ ਸਿਰਫ 2 ਹੀ ਕੈਟਾਗਰੀ ਨੂੰ ਦੱਸਿਆ ਗਿਆ, ਇੱਕ ਤਾਂ ਜਿਹੜੀਆਂ ਸ਼ਿਫਟ ਦੇ ਵਿੱਚ ਕੰਮ ਕਰਦੇ ਨੇ, ਔਰ ਸੈਕਿੰਡਲੀ ਜਿਹੜਾ ਜਿਨ੍ਹਾਂ ਨੇ ਟਰਾਂਸਪੋਰਟੇਸ਼ਨ ਟੂ ਐਂਡ ਫਰੋਮ, ਯਾਨੀ ਕਿ ਜਿਹੜੇ ਹਾਈਵੇ ਦੇ ਉੱਤੇ ਟ੍ਰੈਫਿਕ ਜਾ ਰਿਹਾ, ਕੋਈ ਆਪਣੀ ਸਵਾਰੀ ਇੱਧਰ ਉੱਧਰ ਜਾ ਰਹੀ ਆ, ਉਹੀ ਲੋੜ ਨੇ।